ਹਾਂਜੀ ਦੋਸਤੋ ਸਵਾਗਤ ਹੈ ਗੁਰਨਾਮੀ ਅਪਡੇਟ ਵੀਡੀਓ। ਦੋਸਤੋ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਬੰਦਿਆਂ ਦੇ ਵਿਆਹ ਹੋ ਰਹੇ ਨੇ ਜਿਵੇਂ ਕਿ ਰੀਸੈਂਟਲੀ ਗੁਰਨਾਮ ਭੁੱਲਰ ਦਾ ਵਿਆਹ ਹੋਇਆ ਤੇ ਹੁਣ ਹੀ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਸਿੰਗਰ ਐਕਟਰ ਐਮੀ ਵਿਰਕ। ਐਮੀ ਵਿਰਕ ਦਾ ਵੀ ਵਿਆਹ ਹੋ ਚੁੱਕੇ ਬਾਬਿਓ। ਤੇ ਖਬਰ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੁੰਦੀ ਜਾ ਰਹੀ ਹੈ ਜਿਸ ਤੋ ਕਿ ਦੱਸਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੋਂ ਪਰੇ ਰੱਖ ਕੇ ਇਹਨਾਂ ਨੇ ਵਿਆਹ ਕਰਵਾਇਆ ਤੇ ਐਮੀ ਵਿਰਕ ਦੇ ਘਰ ਇੱਕ ਛੋਟਾ ਜਿਹਾ ਬੱਚਾ ਵੀ ਹੈ ਜੋ ਕਿ ਸੀਕ੍ਰੇਟਲੀ ਵਿਆਹ ਹੋਇਆ ਹੋਇਆ ਹੈ। ਜਿਹੜੇ ਕੀ ਰਿਲੇਟਿਵ ਚਾਹਣ ਵਾਲੇ ਮਤਲਬ ਕਿ ਜਾਣ ਪਛਾਣ ਵਾਲੇ ਐਮੀ ਬਿਰਕ ਨੂੰ ਜਾਣਦੇ ਨੇ ਉਹਨਾਂ ਨੇ ਵੀ ਕਮੈਂਟ ਕੀਤੇ ਨੇ ਜਦੋਂ ਇਹ ਗੱਲ ਵਾਇਰਲ ਹੋਈ ਤੇ ਐਮੀ ਬਿਰਕ ਨੇ ਇੱਕ ਇੰਟਰਵਿਊ ਦੌਰਾਨ ਵੀ ਦੱਸਿਆ ਵੀ ਆਪਣੀ ਵਾਈਫ ਦਾ ਨਾਮ ਲੱਗਾ ਤੁਸੀਂ ਇਹ ਚੈੱਕ ਕਰ ਸਕਦੇ ਹੋ ਅੱਗੇ ਆਪਣੀ ਸਕਰੀਨ ਤੇ ਸੋ ਦੋਸਤੋ ਐਮੀ ਬਿਰਕ ਨੇ ਇਦਾਂ ਕਿਉਂ ਕੀਤਾ ਸੀ ਕਰੇਟਲੀ ਵਿਆਹ ਕਿਉਂ ਕਰਵਾਇਆ ਤੁਹਾਨੂੰ ਕੀ ਲੱਗਦਾ ਕਮੈਂਟ ਜਰੂਰ ਕਰ ਸਕਦੇ ਹੋ ਆਪਣਾ ਵਿਚਾਰ ਅੱਜ ਦੇ ਟਿਮਚੇ ਤੁਸੀਂ ਆਪਣਾ ਨਾਮ ਕਿਸੇ ਨਾਲ ਜੋੜ ਦਿੱਤੇ ਕਿ ਨਾਂ ਨਾ ਜੋੜਦੇ ਕਿ ਲੋ ਮਿੰਡ ਸ਼ੁਰੂ ਚ ਮੈਂ ਆਪਣੀ ਵਾਈਫ ਨਾਲ ਜੋੜਦਾ ਜੀ